ਰਵਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ। ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ ਨੇ ਲਗਾਤਾਰ ਜਿਹੜੇ ਖਾਨ ਦੇ ਨਾਰੇ ਨੇ ਭਾਨ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ ਘੱਟ ਦੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਹੈ ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਨਾਲ ਕੱਟ ਨੂੰ ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ। ਇਹ ਲੋਕ ਆਹੀ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਹੀ ਆਉਂਦੇ ਹੁੰਦੇ ਨੇ, ਹਨਾ। ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ, ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ, ਜੋ 23 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ ਚਿੱਟੇ ਬੁੱਚੜ ਤੋਂ ਇਹਦਾ ਬਾਈਕਾਟ ਕਰੋ ਸਾਰੇ ਰਲ ਕੇ। ਮੈਨੂੰ ਹੁਣ ਐ ਨਹੀਂ ਸਮਝ ਆਉਂਦੀ ਇਹਦੀ ਪੁਲਿਸ ਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ, ਕਿਹਦੇ ਅੰਡਰ ਹੈ। ਜੇ ਕੋਈ ਸਾਡਾ, ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ, ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜੇ ਖਾਨ ਦੇ ਨਾਰੇ ਨੇ ਭਾਨ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ। ਹਰਵਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ। ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਹੈ ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਨਾਲ ਬਾਈ ਇੱਥੇ ਪਹੁੰਚੇ ਹੋ, ਜੇ ਕੱਟ ਕਿਵੇਂ ਦੇਖਦੇ? ਦਵਾਈ ਲਿਆ ਮੈਂ ਬੀਜੇਪੀ। ਦੋ ਮਿੰਟ ਬਾਈ, ਦੋ ਮਿੰਟ, ਹਾਂ ਕਿਵੇਂ ਦੇਖਦੇ ਹੋ ਕੱਟ ਨੂੰ? ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ। ਇਹ ਲੋਕ ਆਹੀ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਹੀ ਆਉਂਦੇ ਹੁੰਦੇ ਨੇ, ਹਨਾ। ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ, ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ, ਜੋ 27-27 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ ਚਿੱਟੇ ਬੁੱਚੜ ਤੋਂ ਇਹ ਤੋਂ ਇਹਦਾ ਬਾਈਕਾਟ ਕਰੋ ਸਾਰੇ ਰਲ ਕੇ। ਮੈਨੂੰ ਹੁਣ ਐ ਨਹੀਂ ਸਮਝ ਆਉਂਦੀ ਇਹਦੀ ਪੁਲਿਸ ਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ, ਕਿਹਦੇ ਅੰਡਰ ਹੈ। ਜੇ ਕੋਈ ਸਾਡਾ, ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ, ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਅਟੈਕ ਹੋਇਆ ਸੀ, ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਨੂੰ ਕੋਈ ਖਤਰਾ ਲੱਗਦਾ? ਯਾਰ ਦਿਨ ਰਾਤ ਹੀ ਅਟੈਕ ਹੁੰਦੇ ਨੇ, ਕੋਈ ਚੱਕਰ ਨਹੀਂ, ਮੈਨੂੰ ਤਾਂ ਅੰਦਰ ਵੀ ਬਣਾਈਆਂ। ਮੈਨੂੰ ਮਾੜਾ ਜਿਹਾ ਦਵਾਈ। ਠੀਕ ਹੈ, ਸੋ ਦੇਖ ਸਕਦੇ ਹੋ ਪਰਮਿੰਦਰ ਸਿੰਘ ਝੋਟਾ ਜੋ ਕਿ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਰੋਸ ਧਰਨੇ ਦੇ ਵਿੱਚ, ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜੇ ਖਾਨ ਦੇ ਨਾਰੇ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ ਘੱਟ। ਹਰਵਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ। ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਹੈ ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਨਾਲ। ਬਾਈ ਇੱਥੇ ਪਹੁੰਚੇ ਹੋ, ਜੇ ਕੱਟ ਕਿਵੇਂ ਦੇਖਦੇ? ਦਵਾਈ ਲਿਆ ਮੈਂ ਬੀਜੇਪੀ। ਦੋ ਮਿੰਟ ਬਾਈ, ਦੋ ਮਿੰਟ, ਹਾਂ ਹਾਂ ਕਿਵੇਂ ਦੇਖਦੇ ਹੋ ਕੱਟ ਨੂੰ? ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ। ਇਹ ਲੋਕ ਆਹੀ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਹੀ ਆਉਂਦੇ ਹੁੰਦੇ ਨੇ, ਹਨਾ। ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ, ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ, ਜੋ 27-27 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ ਚਿੱਟੇ ਬੁੱਚੜ ਤੋਂ ਇਹ ਤੋਂ ਇਹਦਾ ਬਾਈਕਾਟ ਕਰੋ ਸਾਰੇ ਰਲ ਕੇ।
ਮੈਨੂੰ ਹੁਣ ਐਂ ਨਹੀਂ ਸਮਝ ਆਉਂਦੀ ਇਹਦੀ ਪੁਲਿਸ ਇਹਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ ਕਿਹਦੇ ਅੰਡਰ ਹੈ। ਜੇ ਕੋਈ ਸਾਡਾ ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਅਟੈਕ ਹੋਇਆ ਸੀ, ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਨੂੰ ਕੋਈ ਖਤਰਾ ਲੱਗਦਾ? ਯਾਰ ਦਿਨ ਰਾਤ ਹੀ ਅਟੈਕ ਹੁੰਦੇ ਨੇ, ਕੋਈ ਚੱਕਰ ਨਹੀਂ, ਮੈਨੂੰ ਤਾਂ ਅੰਦਰ ਵੀ ਬਣਾਈ, ਮੈਨੂੰ ਮਾੜਾ ਦਵਾਈ। ਠੀਕ ਹੈ, ਸੋ ਦੇਖ ਸਕਦੇ ਹੋ ਪਰਮਿੰਦਰ ਸਿੰਘ ਝੋਟਾ ਜੋ ਕਿ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਰੋਸ ਧਰਨੇ ਦੇ ਵਿੱਚ, ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜੇ ਖਾਨ ਦੇ ਨਾਅਰੇ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ। ਪਰਮਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ, ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਆ, ਤਾਂ ਉਸਨੂੰ ਲੈ ਕੇ ਸੰਗਤਾਂ ਦੇ ਨਾਲ ਬਾਈ ਇੱਥੇ ਪਹੁੰਚੇ ਹੋ, ਜੇ ਕੱਟ ਕਿਵੇਂ ਦੇਖਦੇ? ਦਵਾਈ ਲਿਆ ਮੈਂ ਬੀਜੇਪੀ, ਦੋ ਮਿੰਟ ਬਾਈ ਦੋ ਮਿੰਟ, ਹਾਂ ਹਾਂ, ਕਿਵੇਂ ਦੇਖਦੇ ਹੋ ਕੱਟ ਨੂੰ? ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ, ਇਹ ਲੋਕ ਆਹੀ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਹੀ ਆਉਂਦੇ ਹੁੰਦੇ ਨੇ, ਹਨਾ। ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ, ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ ਜੋ 27-27 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ ਚਿੱਟੇ ਬੁੱਚੜ ਤੋਂ ਇਹ ਤੋਂ ਪਤਾ, ਇਹਦਾ ਬਾਈਕਾਟ ਕਰੋ ਸਾਰੇ ਰਲ ਕੇ। ਮੈਨੂੰ ਹੁਣ ਐਂ ਨਹੀਂ ਸਮਝ ਆਉਂਦੀ ਇਹਦੀ ਪੁਲਿਸ ਇਹਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ, ਕਿਹਦੇ ਅੰਡਰ ਹੈ। ਜੇ ਕੋਈ ਸਾਡਾ ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਅਟੈਕ ਹੋਇਆ ਸੀ, ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਨੂੰ ਕੋਈ ਖਤਰਾ ਲੱਗਦਾ? ਯਾਰ ਦਿਨ ਰਾਤ ਹੀ ਅਟੈਕ ਹੁੰਦੇ ਨੇ, ਕੋਈ ਚੱਕਰ ਨਹੀਂ, ਮੈਨੂੰ ਤਾਂ ਅੰਦਰ ਵੀ ਬਣਾਈ, ਮੈਨੂੰ ਮਾੜਾ ਦਵਾਈ। ਸੋ ਦੇਖ ਸਕਦੇ ਹੋ ਪਰਮਿੰਦਰ ਸਿੰਘ ਝੋਟਾ ਜੋ ਕਿ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਰੋਸ ਧਰਨੇ ਦੇ ਵਿੱਚ, ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜੇ ਖਾਨ ਦੇ ਨਾਅਰੇ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ। ਪਰਮਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ, ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਆ, ਤਾਂ ਉਸਨੂੰ ਲੈ ਕੇ ਸੰਗਤਾਂ ਦੇ ਨਾਲ ਬਾਈ ਇੱਥੇ ਪਹੁੰਚੇ ਹੋ, ਜੇ ਕੱਟ ਕਿਵੇਂ ਦੇਖਦੇ? ਦਵਾਈ ਲਿਆ ਮੈਂ ਬੀਜੇਪੀ, ਦੋ ਮਿੰਟ ਬਾਈ ਦੋ ਮਿੰਟ, ਹਾਂ ਹਾਂ, ਕਿਵੇਂ ਦੇਖਦੇ ਹੋ ਕੱਟ ਨੂੰ? ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ, ਇਹ ਲੋਕ ਆਹੀ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਹੀ ਆਉਂਦੇ ਹੁੰਦੇ ਨੇ, ਹਨਾ। ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ, ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ ਜੋ 27-27 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ ਚਿੱਟੇ ਬੁੱਚੜ ਤੋਂ ਇਹ ਤੋਂ ਪਤਾ, ਇਹਦਾ ਬਾਈਕਾਟ ਕਰੋ ਸਾਰੇ ਰਲ ਕੇ। ਮੈਨੂੰ ਹੁਣ ਐਂ ਨਹੀਂ ਸਮਝ ਆਉਂਦੀ ਇਹਦੀ ਪੁਲਿਸ ਇਹਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ, ਕਿਹਦੇ ਅੰਡਰ ਹੈ। ਜੇ ਕੋਈ ਸਾਡਾ ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਅਟੈਕ ਹੋਇਆ ਸੀ, ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਨੂੰ ਕੋਈ ਖਤਰਾ ਲੱਗਦਾ? ਯਾਰ ਦਿਨ ਰਾਤ ਹੀ ਅਟੈਕ ਹੁੰਦੇ ਨੇ, ਕੋਈ ਚੱਕਰ ਨਹੀਂ, ਮੈਨੂੰ ਤਾਂ ਅੰਦਰ ਵੀ ਬਣਾਈ, ਮੈਨੂੰ ਮਾੜਾ ਦਵਾਈ। ਸੋ ਦੇਖ ਸਕਦੇ ਹੋ ਪਰਮਿੰਦਰ ਸਿੰਘ ਝੋਟਾ ਜੋ ਕਿ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਰੋਸ ਧਰਨੇ ਦੇ ਵਿੱਚ, ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜੇ ਖਾਨ ਦੇ ਨਾਅਰੇ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਇਸ
ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ ਕੱਟ। ਹਰਵਿੰਦਰ ਸਿੰਘ ਝੋਟਾ ਵੀ ਇਸ ਰੋਸ ਧਰਨੇ ਦੇ ਵਿੱਚ ਪਹੁੰਚੇ ਨੇ, ਦੇਖ ਸਕਦੇ ਹੋ ਸੰਗਤਾਂ ਵੱਧ ਚੜ ਕੇ ਉਹਨਾਂ ਨੂੰ ਮਿਲ ਰਹੀਆਂ ਨੇ, ਜੋ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਲੜਾਈ ਆ ਉਹ ਸ਼ੁਰੂ ਕੀਤੀ ਹੋਈ ਹੈ, ਤਾਂ ਉਸ ਨੂੰ ਲੈ ਕੇ ਸੰਗਤਾਂ ਦੇ ਨਾਲ ਬਾਈ ਇੱਥੇ ਪਹੁੰਚੇ ਹੋ, ਜੇ ਕੱਟ ਕਿਵੇਂ ਦੇਖਦੇ? ਦਵਾਈ ਲਿਆ ਮੈਂ ਬੀਏ, ਦੋ ਮਿੰਟ ਬਾਈ ਦੋ ਮਿੰਟ, ਹਾਂ ਹਾਂ, ਕਿਵੇਂ ਦੇਖਦੇ ਹੋ ਕੱਟ ਨੂੰ? ਲੱਖਾਂ ਲੋਕ ਅੱਜ ਪਹੁੰਚੇ ਨੇ ਭਾਨੇ ਦੇ ਹੱਕ ਦੇ ਵਿੱਚ, ਇਹ ਲੋਕ ਆਈ ਆਉਂਦੇ ਹੁੰਦੇ ਨੇ ਬਾਈ, ਜੋ ਲੋਕਾਂ ਖਾਤਰ ਲੜਦਾ ਹੈਗਾ ਉਹ ਆਈ ਆਉਂਦੇ ਹੁੰਦੇ ਨੇ, ਹਨਾ ਲੋਕਾਂ ਦਾ ਫਰਜ਼ ਹੈ ਆਪਦੇ ਯੋਧਿਆਂ ਖਾਤਰ ਲੜਨਾ। ਬਟ ਜੋ ਸਾਡੇ ਅੰਮ੍ਰਿਤਪਾਲ ਵਰਗੇ ਅੰਦਰ ਨੇ, ਦੀਪ ਸਿੱਧੂ ਚੱਲ ਗਿਆ, ਉਹਨਾਂ ਦੀ ਵੀ ਬਾਤ ਪਾਉਣੀ ਚਾਹੀਦੀ ਹੈ। ਸਾਡੇ ਵਰਗਿਆਂ ਨੂੰ ਹੀਰੋ ਬਣਾ ਦੇਣਾ, ਹੀਰੋ ਤਾਂ ਉਹ ਨੇ ਅਸਲੀ ਜੋ 27-27 ਸਾਲਾਂ ਤੋਂ ਜੇਲ੍ਹਾਂ ਤੋਂ ਨੇ, ਹਨਾ। ਸੋ ਉਹਨਾਂ ਦੀ ਬਾਤ ਪਾਓ, ਉਹਨਾਂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਆਪਦੇ ਪੈਰ 'ਚ ਤੇ ਬੁੱਚੜ ਤੋਂ ਇਹ ਤੋਂ ਪਤਾ, ਇਹਦਾ ਬਾਈਕਾਟ ਕਰੋ ਸਾਰੇ ਰਲ ਕੇ। ਮੈਨੂੰ ਹੁਣ ਐਂ ਨਹੀਂ ਸਮਝ ਆਉਂਦੀ ਇਹਦੀ ਪੁਲਿਸੇ ਦੇ ਅੰਡਰ ਹੈ ਕਿ ਬੀਜੇਪੀ ਦੇ ਅੰਡਰ ਹੈ, ਕਿਹਦੇ ਅੰਡਰ ਹੈ? ਜੇ ਕੋਈ ਸਾਡਾ ਅਸੀਂ ਬੀਜ ਸ਼ੁਰੂ ਕਰਾਂਗੇ, ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ, ਨੰਬਰ ਬਾਬਾ ਖਾਲਸਾ ਬੋਲੀ ਦਾ ਨੰਬਰ। ਥੋੜੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਅਟੈਕ ਹੋਇਆ ਸੀ, ਤੇ ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਨੂੰ ਕੋਈ ਖਤਰਾ ਲੱਗਦਾ? ਯਾਰ ਜਨਰਲ ਦੀ ਅਟੈਕ ਹੁੰਦੇ ਨੇ, ਕੋਈ ਚੱਕਰ ਨਹੀਂ, ਮੈਨੂੰ ਤਾਂ ਅੰਦਰ ਵੀ ਬਣਾਈ, ਮੈਨੂੰ ਮਾੜਾ ਦਵਾਈ। ਸੋ ਦੇਖ ਸਕਦੇ ਹੋ ਪਰਮਿੰਦਰ ਸਿੰਘ ਝੋਟਾ ਜੋ ਕਿ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਰੋਸ ਧਰਨੇ ਦੇ ਵਿੱਚ, ਹੋਰ ਵੀ ਜਿਹੜੇ ਜਥੇਬੰਦੀਆਂ ਨੇ ਵੱਧ ਚੜ ਕੇ ਅੱਜ ਧਰਨੇ ਦੇ ਵਿੱਚ ਪਹੁੰਚ ਰਹੀਆਂ ਨੇ, ਲਗਾਤਾਰ ਜਿਹੜੇ ਖਾਨ ਦੇ ਨਾਰੇ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਇਸ ਧਰਨੇ ਦੇ ਵਿੱਚ ਲਗਾਏ ਜਾ ਰਹੇ ਨੇ।